ਗੁਰਮਖ ਪਿਆਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਆਪਾਂ ਅੱਜ ਬੇਨਤੀਆਂ ਜੜੀਆਂ ਨੇ ਭਾਈ ਸੰਦੀਪ ਸਿੰਘ ਦੇ ਬਾਰੇ ਕਰਨੀਆਂ ਨੇ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹਨਾਂ ਨੂੰ ਦਿੱਤੀ ਗਈ ਹੈ ਸੋ ਕੀ ਜ਼ਿੰਮੇਵਾਰੀ ਹੈ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਰੇ ਜਣੇ ਫਤੇ ਬਲਾਓ ਆਪਾਂ ਆਰੰਭਤਾ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਜਿਨੂੰ ਆਪਾਂ ਜਾਣਦੇ ਆ ਉਹਦਾ ਚਰਚੇ ਨੇ ਆਪਾਂ ਬਾਕੂ ਵੀ ਜਾਣਦੇ ਆ ਲਗਭਗ ਸਾਰਾ ਵਾਇਡ ਡੇਟਾ ਬੰਨੂ ਪਤਾ ਹੀ ਹੈ ਆਪਾਂ ਬਿਲਕੁਲ ਪਹਿਚਾਣ ਰਹੇ ਆ ਜਾਣ ਰਹੇ ਆ ਪਿਆਰਿਓ ਮੈਂ ਇੱਕ ਬੇਨਤੀ ਜਿਹੜੀ ਹੈ ਬਿਲਕੁਲ ਸਾਫ਼ ਕਰਦਾ ਹੁਣਾਂ ਇੱਕ ਬੇਨਤੀ ਜਿਹੜੀ ਹੈ ਮੈਂ ਬਿਲਕੁਲ ਆਮ ਜੇ ਤੌਰ ਤੇ ਕਰ ਦੇਵਾਂ ਕਿ ਸਾਨੂੰ ਜ਼ਰੂਰਤ ਹੈ ਸਿੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕੁਝ ਗੱਲਾਂ ਸਿੱਖਣ ਦੀ ਤੇ ਉਹਨਾਂ ਗੱਲਾਂ ਨੂੰ ਸਿੱਖਣ ਦੇ ਵਿੱਚ ਕੋਈ ਗੁਰੇਜ਼ ਵੀ ਨਹੀਂ ਕਰਨਾ ਚਾਹੀਦਾ ਸਿੱਖ ਲੈਣਾ ਚਾਹੀਦਾ ਸਾਨੂੰ ਕੀ ਬਾਇਓ ਡਾਟ ਹੈ ਕੀ ਪ੍ਰੋਟੋਟਾਈਪ ਹੈ ਕੀ ਸਾਨੂੰ ਬਿਲਕੁਲ ਚੀਜ਼ ਜਿਹੜੀ ਹੈ ਵਿਚਾਰ ਲੈਣੀ ਚਾਹੀਦੀ ਹੈ ਸਿੱਖ ਲੈਣੀ ਚਾਹੀਦੀ ਹੈ ਉਹ ਚੀਜ਼ਾਂ ਜਿੰਨੀ ਛੇਤੀ ਸਿੱਖਾਂਗੇ ਓਨੀ ਛੇਤੀ ਵਧੀਆ ਰਹੂਗਾ ਉਹ ਚੀਜ਼ਾਂ ਵਿਚਾਰ ਲੈਣੀਆਂ ਚਾਹੀਦੀਆਂ ਨੇ ਬਿਲਕੁਲ ਵਿਚਾਰੋ ਉਹਨਾਂ ਚੀਜ਼ਾਂ ਨੂੰ ਬਿਲਕੁਲ ਵਿਚਾਰੋ ਪਿਆਰਿਓ ਆਖਰ ਦੇ ਵਿੱਚ ਭਾਈ ਸੰਦੀਪ ਸਿੰਘ ਦੇ ਬਾਰੇ ਇੱਕ ਗੱਲ ਜਿਹੜੀ ਹੈ ਸੋਸ਼ਲ ਮੀਡੀਆ ਤੇ ਉਚਾਰੀ ਗਈ ਹੈ ਪ੍ਰਚਾਰੀ ਜਾ ਰਹੀ ਹੈ ਹਜੇ ਤੱਕ ਕਿ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਵੱਡੀ ਜ਼ਿੰਮੇਵਾਰੀ ਕੀ ਹੈ ਜਿਨੇ ਸੁਧੀਰ ਸੂਰੀ ਦਾ ਸੋਦਾ ਲਾਇਆ ਸੀ ਉਹ ਨੌਜਵਾਨ ਸੰਦੀਪ ਸਿੰਘ ਜੀ ਉਹਨੂੰ ਕੌਮ ਦੀ ਨੁਮਾਇੰਦਗੀ ਦੇਤੀ ਜੀ ਇਹ ਝੂਠੀ ਖਬਰ ਹੈ ਬਿਲਕੁਲ ਬੇਬੁਨਿਆਦ ਹੈ ਹਾਲਾਂਕਿ ਅਜਿਹਾ ਕੁਝ ਵੀ ਨਹੀਂ ਹੋਇਆ ਸੋਸ਼ਲ ਮੀਡੀਆ ਤੇ ਆਏ ਦਿਨ ਖਾਸ ਕਰਕੇ ਫੇਸਬੁੱਕ ਤੇ ਕੁਝ ਲੋਕ ਪੋਸਟਾਂ ਪਾ ਰਹੇ ਨੇ ਆਪੋ ਆਪਣਾ ਨਾਮ ਬਣਾਉਣ ਦੇ ਲਈ ਉਹ ਲੋਕ ਗੱਲਾਂ ਬਾਤਾਂ ਕਰਦੇ ਜਾ ਰਹੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਕੀ ਕਰਤਾ ਜੀ ਅਮਰਤਪਾਲ ਨੇ ਕੀ ਕਰਤਾ ਜੀ ਆ ਸੰਦੀਪ ਸਣੀ ਨੂੰ ਆ ਕਰਤਾ ਜੀ ਉਥੇ ਜੇਲ੍ਹ ਚੋ ਸ਼ਿਫਟ ਕਰਤਾ ਜੀ ਉਹ ਜੇਲ੍ਹ ਚੋ ਭੱਜ ਗਿਆ ਜੀ ਅਜੇਹੀਆਂ ਜੜੀਆਂ ਵਿਚਾਰਾਂ ਨੇ ਉਹ ਲੋਕ ਵਾਇਰਲ ਕਰਦੇ ਜਾ ਰਹੇ ਨੇ ਸਿਰਫ ਆਪਣਾ ਪੈਸਾ ਕਮਾਉਣ ਦੇ ਲਈ ਆਪਣਾ ਪੈਸਾ ਬਣਾਉਣ ਦੇ ਲਈ ਉਹ ਲੋਕ ਅਜੇਹਾ ਕਰਦੇ ਜਾ ਰਹੇ ਨੇ ਜਦ ਕਿ ਇਹਦੇ ਵਿੱਚ ਰੱਤੀ ਪਰ ਵੀ ਕੋਈ ਸੱਚਾਈ ਨਹੀਂ ਹੈ ਹਾਲਾਂਕਿ ਸਾਨੂੰ ਵੀ ਵਿਚਾਰਨਾ ਚਾਹੀਦਾ ਹੈ ਸਾਡੇ ਲੋਕ ਉਸ ਗੱਲ ਤੇ ਪੱਕੇ ਹੋ ਜਾਂਦੇ ਨੇ ਵੀ ਖਬਰ ਆ ਗਿਆ ਹੋਵੇ ਜੀ ਐਂ ਕਾਤੇ ਬਣਦੀਆਂ ਨੇ ਗੱਲਾਂ ਇਦਾਂ ਨਹੀਂ ਨਾ ਸਾਰਾ ਕੁਝ ਹੁੰਦਾ ਆਪਾਂ ਸੋਚ ਲੈਂਦੇ ਆ ਵੀ ਸ਼ਾਇਦ ਇਦਾਂ ਬਣ ਗਿਆ ਹੋਊਗਾ ਸ਼ਾਇਦ ਕੋਈ ਨਾ ਕੋਈ ਗੱਲਬਾਤ ਹੋ ਗਈ ਹੋ ਗਈ ਸ਼ਾਇਦ ਕਿਤੇ ਨਾ ਕਿਤੇ ਕੋਈ ਨਾ ਕੋਈ ਚੱਲ ਪਿਆ ਹੋਊਗਾ ਸਿਸਟਮ ਪਰ ਨਹੀਂ ਅਜਿਹਾ ਕੁਝ ਨਹੀਂ ਹੋਇਆ ਪਿਆਰਿਓ ਜੇ ਆਪਾਂ ਸੋਚਦੇ ਆ ਨਾ ਕੁਝ ਹੋ ਗਿਆ ਹੋਊਗਾ ਬਿਲਕੁਲ ਨਹੀਂ ਹੋਇਆ ਭਾਈ ਸੰਦੀਪ ਸਿੰਘ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਕੋਈ ਕੌਮ ਦੀ ਨੁਮਾਇੰਦਗੀ ਨਹੀਂ ਦਿੱਤੀ ਗਈ ਕੋਈ ਉਹਨਾਂ ਨੂੰ ਕੁਝ ਨਹੀਂ ਹੋਇਆ ਬਿਲਕੁਲ ਸਲਾਮਤ ਨੇ ਠੀਕ ਨੇ ਜੇਲ੍ਹ ਦੇ ਵਿੱਚ ਨੇ ਨਿਤਨੇਮ ਕਰਦਿੰਨੇ ਪੇਸ਼ੀ ਤੇ ਆਉਂਦੇ ਨੇ ਕੌਮ ਨੂੰ ਚੜ੍ਹਦੀ ਕਲਾ ਦੀ ਗੱਲ ਕਹਿੰਦੇ ਨੇ ਸਿੰਘ ਸਾਰੇ ਚੜ੍ਹਦੀ ਕਲਾ ਵਿੱਚ ਰਹਿਣ ਸੰਦੇਸ਼ ਦਿੰਦੇ ਨੇ ਤੇ ਹੈਰਾਨਗੀ ਇਸ ਗੱਲ ਦੀ ਹੈ ਕਿ ਲੋਕ ਸਾਡੇ ਕਿਸ ਬੁਨਿਆਦ ਤੇ ਗੱਲ ਡਾ ਡਾ ਦਿੰਦੇ ਨੇ ਕਿਸ ਬੁਨਿਆਦ ਤੇ ਗੱਲ ਨੂੰ ਵਾਇਰਲ ਕਰ ਦਿੰਦੇ ਨੇ ਕਿਸ ਬੁਨਿਆਦ ਤੇ ਗੱਲ ਲੋਕ ਕਰ ਦਿੰਦੇ ਨੇ ਇਸ ਗੱਲ ਦੀ ਸਮਝ ਨਹੀਂ ਆਉਂਦੀ ਇਸ ਗੱਲ ਦੇ ਬਾਰੇ ਨਹੀਂ ਕਿਹਾ ਜਾ ਸਕਦਾ ਇਸ ਗੱਲ ਬਾਰੇ ਨਹੀਂ ਪਤਾ ਲੱਗਦਾ ਵੀ ਸਾਡੇ ਲੋਕ ਕੀ ਕਰ ਰਹੇ ਨੇ ਕੀ ਨਹੀਂ ਕਰ ਰਹੇ ਅਸਲ ਦੇ ਵਿੱਚ ਲੋਕ ਸਾਡੇ ਕੱਚੇ ਨੇ ਤੇ ਕੱਚੀਆਂ ਗੱਲਾਂ ਨੂੰ ਪ੍ਰਚਾਰਨ ਵਿੱਚ ਤੇ ਕੱਚਿਆ ਹੀ ਸੁਣਨ ਦੇ ਵਿੱਚ ਜ਼ਿਆਦਾ ਥੋੜੀ ਜੀ ਯਕੀਨ ਕਰਦੇ ਨੇ ਬਲੀਵ ਕਰ ਲੈਂਦੇ ਨੇ ਲੋਕ ਸਾਡੇ ਇਹ ਚੀਜ਼ਾਂ ਨੇ ਮੈਂ ਕਈ ਵਾਰੀ ਬੇਨਤੀ ਕੀਤੀ ਹੈ ਕਈ ਵਾਰੀ ਮੈਂ ਇਸ ਗੱਲ ਨੂੰ ਬਿਲਕੁਲ ਪ੍ਰਚਾਰਿਆ ਵੀ ਹੈ ਕਿ ਸਾਨੂੰ ਸੱਚ ਬਾਰੇ ਬਹੁਤ ਘੱਟ ਪਤਾ ਹੁੰਦਾ ਹੈ ਤੇ ਸਾਡੇ ਕੋਲੇ ਝੂਠ ਬਹੁਤ ਜ਼ਿਆਦਾ ਪ੍ਰਚਾਰਿਆ ਜਾਂਦਾ ਹੈ ਬਹੁਤ ਜ਼ਿਆਦਾ ਝੂਠ ਜਿਹੜਾ ਸਾਨੂੰ ਦਿੱਤਾ ਜਾਂਦਾ ਆ ਪਿਆਰਿਓ ਸੋਚਿਆ ਕਰੋ ਖੁਦ ਵਿਚਾਰਿਆ ਕਰੋ ਹੁਣ ਜਿਸ ਤਰ੍ਹਾਂ ਅਮਰਿਤਪਾਲ ਸਿੰਘ ਕੌਮ ਦੀ ਨਮਾਇੰਦਗੀ ਕਰ ਰਹੇ ਨੇ ਹਾਲਾਂਕਿ ਕੌਮ ਦੇ ਲਈ ਤੁਰੇ ਹੋਏ ਨੇ ਆਪਣਾ ਘਰ-ਵਾਰ ਛੱਡ ਕੇ ਆਪਣਾ ਪਰਿਵਾਰ ਛੱਡ ਕੇ ਕੌਮ ਦੇ ਲਈ ਤੁਰੇ ਹੁੰਦੇ ਨਹੀਂ ਨਹੀਂ ਕੌਣ ਤੁਰਦਾ ਹੈ ਲੈ ਕਹਿੰਦਾ ਸਾਨੂੰ ਕੀ ਲੋੜ ਹੈ ਜੀ ਅਸੀਂ ਕਿਉਂ ਤੁਰੀਏ ਆਪਾਂ ਕਿੰਨੇ ਸਾਲ ਹੋ ਗਏ 1984 ਤੋਂ ਬਾਅਦ ਹਰ ਕੋਈ ਇਹੋ ਹੀ ਕਹਿੰਦਾ ਉੱਠੇਗਾ ਜੀ ਕੋਈ ਮਾਂ ਦਾ ਸ਼ੇਰ ਉੱਠੇਗਾ ਜੀ ਕੋਈ ਮਾਂ ਦਾ ਲਾਲ ਕੀ ਗੱਲ ਬਈ ਨਹੀਂ ਕੌਣ ਕਰਦਾ ਕਿਸੇ ਲਈ ਆਪਾਂ ਸਾਰੇ ਵੇਖਦੇ ਆਪਾਂ ਕਹਿੰਦੇ ਨਾ ਉੱਠੇਗਾ ਜੀ ਕੋਈ ਮਾਂ ਕਾ ਸ਼ੇਰ ਉੱਠੇਗਾ ਜੀ ਕੋਈ ਮਾਂ ਕਾ ਲਾਲ ਜੇ ਕੋਈ ਕਰੇਗਾ ਜੀ ਮੁਰੇ ਹੋ ਕੇ ਕੌਮ ਦੀ ਨੁਮਾਇੰਦਗੀ ਤਾਂ ਅਸੀਂ ਮਗਰ ਤੁਰ ਪਾਂਗੇ ਹੁਣ ਕਈ ਬੰਦੇ ਅਜੇਹੇ ਨੇ ਜੇ ਕੋਈ ਕੌਮ ਲਈ ਸੋਚਣ ਦੇ ਲਈ ਆਇਆ ਤੇ ਅੱਜ ਉਹ ਲੋਕ ਉਹਦੇ ਮਗਰ ਵੀ ਨਹੀਂ ਤੁਰ ਰਹੇ ਆਪਣੀਆਂ ਚੌਧਰਾ ਆਪਣੀਆਂ ਆਕੜਾਂ ਆਪਣੀਆਂ ਜਿਹੜੀਆਂ ਲੈ ਕੇ ਬੈਠੇ ਹੋਏ ਨੇ ਉਹ ਲੋਕ ਆਏ ਆ ਜੀ ਫਲਾਣਾ ਜੀ ਅਸੀਂ ਨਹੀਂ ਤੁਰਦੇ ਜੀ ਕਿਸੇ ਦੇ ਮਗਰ ਅੱਜ ਤੱਕ ਪਤਾ ਕੀ ਹੋਇਆ ਅੱਗੇ ਸਾਨੂੰ ਲੱਗਣਾ ਨਹੀਂ ਆਇਆ ਤੇ ਕਿਸੇ ਦੇ ਪਿੱਛੇ ਤੁਰਨਾ ਨਹੀਂ ਆਇਆ ਆਪਣੀਆਂ ਆਕੜਾਂ ਚੌਧਰਾਂ ਦੇ ਵਿੱਚ ਹੀ ਅਸੀਂ ਫੁੱਗੇ ਪਏ ਆ ਆਪੋ ਆਪਣੀਆਂ ਜਿਹੜੀਆਂ ਚੌਧਰਾਂ ਨੇ ਅਸੀਂ ਕਰਨ ਦੇ ਵਿੱਚ ਰੁੱਝੇ ਹੋਏ ਆ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਅਸਲ ਕਾਰਨ ਕੀ ਹੈ ਅਸਲ ਗੱਲ ਕੀ ਹੈ ਅਸਲ ਇੱਕ ਵਿਚਾਰ ਧਾਰਾ ਕੀ ਹੈ ਸਾਨੂੰ ਇਹ ਪਤਾ ਹੀ ਨਹੀਂ ਲੱਗ ਸਕਿਆ ਅਸੀਂ ਆਪਣੀਆਂ ਜਾਤਾਂ ਲੀਡਰੀਆਂ ਪਿੱਛੇ ਲੜਦੇ ਰਹੇ ਹਾਂ ਚੌਧਰਾਂ ਪਿੱਛੇ ਲੜਦੇ ਰਹੇ ਹਾਂ ਜਾਂ ਸਾਨੂੰ ਸਿਰਫ ਦਿਸੀਆ ਆ ਉਹ ਕੀ ਹੈ ਸਾਨੂੰ ਦਿਸਿਆ ਜੀ ਆਪਣਾ ਉਹ ਰੂਪ ਜੋ ਅਸੀਂ ਗੱਲਾਂ ਕਰਦੇ ਆਂ ਜੋ ਅਸੀਂ ਵਿਚਾਰਾ ਕਰਦੇ ਆਂ ਸਾਡੀ ਪ੍ਰਧਾਨਗੀ ਨਹੀਂ ਖੁਸਣੀ ਚਾਹੀਦੀ ਸਾਡੀ ਪ੍ਰਧਾਨਗੀ ਵਰਕਰਾਰ ਰਵੇ ਪੰਥ ਪੰਥ ਦੇ ਨਾਂ ਤੇ ਵੋਟਾਂ ਲੈ ਲਓ ਬਸ ਲੋਕਾਂ ਨੂੰ ਕਹੋ ਅੱਜ ਸਭ ਤੋਂ ਵੱਡਾ ਮੁੱਦਾ ਪਤਾ ਕੀ ਹੈ ਅਸੀਂ ਜੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਇਨਸਾਫ ਦੇਵਾਂਗੇ ਬਸ ਜੇ ਪੰਥਕ ਕਹੋਣਾ ਹੈ ਤੇ ਇੱਕ ਆ ਗੱਲ ਪ੍ਰਚਾਰ ਦਿਓ ਅਸੀਂ ਜੀ ਸਾਡੀ ਗੱਲ ਹੋ ਗਈ ਅਸੀਂ ਦਿੱਲੀ ਤੋਂ ਚੱਲੇ ਹੋਏ ਨਹੀਂ ਆ ਬਸ ਇਹ ਗੱਲ ਹੋ ਜਾਂਦੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਦਾ ਇਨਸਾਫ ਲੈ ਕੇ ਰਹਾਂਗੇ ਅਸੀਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਤੇ ਜਦੋਂ ਜਿੱਤ ਜਾਂਦੇ ਨੇ ਜਾ ਕੇ ਚੰਡੀਗੜ੍ਹ ਬੈਠ ਜਾਂਦੇ ਨੇ ਫਿਰ ਲੋਕਾਂ ਦੀ ਸਾਰ ਵੀ ਨਹੀਂ ਲੈਂਦੇ ਦੇਖੋ ਕਿੱਡੀ ਵੱਡੀ ਪੰਜਾਬ ਦੇ ਨਾਲ ਇੱਕ ਪੰਜਾਬ ਦੇ ਉੱਪਰੋਂ ਦੀ ਪੰਜਾਬ ਦਾ ਖਾ ਕੇ ਪੰਜਾਬ ਦਾ ਪੀ ਕੇ ਜੇ ਗੱਲ ਕਰੀਏ ਤਾਂ ਉਹ ਲੋਕ ਕਿੱਡਾ ਵੱਡਾ ਧੋਖਾ ਕਰ ਦਿੰਨੇ ਪੰਜਾਬ ਨਾਲ ਕਿੱਡੀ ਵੱਡੀ ਪੰਜਾਬ ਦੇ ਨਾਲ ਇੱਕ ਰੂਹਿੰਦਰੀ ਹੈ ਸੋਚ ਕੇ ਵੇਖੋ ਕਦੇ ਮੈਂ ਕਦੇ ਵੀ ਗੱਲ ਕਹੀ ਤੇ ਬਿਲਕੁਲ ਸਾਹਮਣੇ ਦੇ ਨਾਲ ਕਹੀ ਹੈ ਪਰ ਹਾਲਾਂਕਿ ਕੁਝ ਲੋਕ ਇਸ ਗੱਲ ਨੂੰ ਚੰਗਾ ਨਹੀਂ ਸਮਝਦੇ ਅਸੀਂ ਆਪਣੀਆਂ ਪ੍ਰਧਾਨਗੀਆਂ ਆਪਣੇ ਆਪਣੀਆਂ 14 ਕਰਕੇ ਲੜਦੇ ਰਹੇ ਆ ਨਾ ਹੀ ਕੌਮ ਦਾ ਅਸੀਂ ਕਦੇ ਕੁਝ ਬਣਨ ਦਿੱਤਾ ਤੇ ਨਾ ਹੀ ਅੱਗੇ ਬਣ ਦੇਣਾ ਜੇ ਹਾਲਾਤ ਹੀ ਹੋਈ ਰਹੇ ਅਸੀਂ ਜੇ ਬਹੁਤੀ ਕਰਦੇ ਆਂ ਤਾਂ ਇੱਕ ਜੋ ਢੋਕੇ ਅਸੀਂ 1984 ਦਾ ਇਨਸਾਫ ਨਹੀਂ ਲੈ ਸਕੇ ਅਸੀਂ ਬਾਦਲ ਪਰਿਵਾਰ ਤੇ ਵਿਸ਼ਵਾਸ ਕਰਦੇ ਰਹੇ ਆ ਇਹ ਲੈ ਕੇ ਦੇਣਗੇ ਜੀ ਇਨਸਾਫ ਉਸ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ ਹੈ 7-8 ਸਾਲ ਹੋ ਚੱਲੇ ਆ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਅਸੀਂ ਉਹ ਵੀ ਜਿਹੜੇ ਆ ਉਮੀਦ ਲਾ ਕੇ ਬੈਠੇ ਆ ਜੀ ਸਰਕਾਰਾਂ ਇਨਸਾਫ਼ ਦੇਣਗੀਆਂ ਨਹੀਂ ਦਿੰਦੀਆਂ ਕਾਦੇ ਕਰਕੇ ਆਪਣੀਆਂ ਚੌਧਰਾਂ ਕਰਕੇ ਸਾਡਾ ਏਕਾ ਨਾ ਹੋਣ ਕਰਕੇ ਇਹ ਲੋਕ ਸਾਡੇ ਤੇ ਰਾਜ ਕਰਦੇ ਰਹੇ ਆ ਸਾਡਾ ਏਕਾ ਨਾ ਹੋਣ ਕਰਕੇ ਸਾਡੇ ਵਿੱਚ ਫੁੱਟ ਪੈਣ ਕਰਕੇ ਇਹ ਲੋਕ ਸਾਡੇ ਤੇ ਰਾਜ ਕਰਦੇ ਰਹੇ ਆ ਸਾਡੇ ਉੱਪਰ ਇਹਨਾਂ ਲੋਕਾਂ ਨੇ ਰਾਜ ਕੀਤਾ ਆ ਗੁਰਮਖੋ ਕਿੰਨੀ ਵਾਰ ਆਪਾਂ ਇਹਨਾਂ ਲੋਕਾਂ ਦੇ ਹੱਥੋਂ ਬੇਫਕੂਫ ਬਣਿਆ ਕਿੰਨੀ ਵਾਰ ਆਪਾਂ ਆਪਣਾ ਸਭ ਕੁਝ ਗਵਾਇਆ ਆ ਯਾਦ ਰੱਖਿਓ ਸਾਨੂੰ ਅੱਗੇ ਵੀ ਇਸੇ ਤਰ੍ਹਾਂ ਕਰਦੇ ਰਹਿਣਗੇ ਜੇ ਅਸੀਂ ਇੱਕਜੁੱਟ ਨਾ ਹੋਏ ਇਸ ਕਰਕੇ ਝੂਠੀਆਂ ਅਫਵਾਮਾਂ ਤੇ ਯਕੀਨ ਨਾ ਕਰੋ ਇੱਕ ਫੈਸਲਾ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਕੌਮ ਇੱਕ ਨੁਮਾਇੰਦਗੀ ਕਰੇ ਤੇ ਸਾਰੇ ਜਣੇ ਇਦਾਂ ਨਾਲ ਜੁੜੇ ਰਹਿਣ ਤੇ ਗੱਲ ਫੇਰ ਬਣੂਗੀ ਨਹੀਂ ਤਾਂ ਫਿਰ ਬੜੀ ਮੁਸ਼ਕਲੋ ਜਾਣੀ ਹੈ ਸਾਰੇ ਜਣੇ ਨਾਲ ਜੁੜੇ ਰਹੋ ਬੇਨਤੀਆਂ ਆਪਾਂ ਕਰਦੇ ਰਵਾਂਗੇ ਇੱਕ ਨਿਸ਼ਾਨ ਸਾਹਿਬ ਥਲੇ ਇਕੱਠੇ ਹੋਣ ਦੀ ਆਪਾਂ ਰੋਡ ਤਾਂ ਤਿਆਰ ਕਰੀਏ ਸਾਰੇ ਜਣੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ